200 ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕੁਝ ਵੀ ਉਲਟ ਪੁਲਟ ਕਰ ਲਓ, ਇੱਕ ਸੌਖਾ ਜਿਹਾ ਵਰਡ ਆ ਜਾਂਦਾ ਸੀ ਜ਼ੁਬਾਨ ਤੇ, ਕਹਿੰਦੇ ਸੀ ਕਿ ਬਿਲਕੁਲ ਜੋਕਰ ਦੀ ਤਰ੍ਹਾਂ ਲੱਗ ਰਿਹਾ ਤੂੰ, ਜਿੱਥੇ ਪਹਿਲਾਂ ਇਹ ਜੋਕਰ ਵਰਡ ਨੂੰ ਹਾਸੇ ਨਾਲ ਟਾਲ ਦਿੱਤਾ ਜਾਂਦਾ ਸੀ, ਪਰ ਅੱਜ ਦੇ ਟਾਈਮ ਵਿੱਚ ਜੋਕਰ ਫੇਸ ਯੰਗਸਟਰਸ ਆਰ ਟ੍ਰੈਂਡਿੰਗ ਫੇਸ ਬਣ ਚੁੱਕਿਆ ਹੈ। ਹੁਣ ਇਸਦਾ ਮੀਨਿੰਗ ਵੀ ਬਦਲ ਚੁੱਕਿਆ, ਆਪਣੇ ਦਰਦ ਨੂੰ ਛੁਪਾਉਣਾ ਅਤੇ ਝੂਠਾ ਨਕਾਬ ਲੋਕਾਂ ਨੂੰ ਦਿਖਾਉਣਾ। ਜੋਕਰ ਟਿਕਟੋਕ ਦਾ ਟ੍ਰੈਂਡਿੰਗ ਚਿਹਰਾ ਬਣ ਚੁੱਕਿਆ ਹੈ। ਅੱਜ ਕੱਲ੍ਹ ਦੇ ਯੰਗਸਟਰ ਜੋਕਰ ਨੂੰ ਆਪਣੀ ਆਈਡੈਂਟੀਟੀ ਦਾ ਹਿੱਸਾ ਬਣਾ ਕੇ ਮਾਣ ਮਹਿਸੂਸ ਕਰ ਰਹੇ ਨੇ। ਇਸ ਗੱਲ ਵਿੱਚੋਂ ਸਿਰਫ ਬੋਇਜ਼ ਹੀ ਨਹੀਂ ਹੈ ਬਲਕਿ ਗਰਲਸ ਵੀ ਜੋਕਰ ਫੇਸ ਨੂੰ ਕਾਫੀ ਸਪੋਰਟ ਕਰ ਰਹੀ ਹੈ ਤੇ ਟਿਕਟੋਕ ਉੱਤੇ ਵੀਡੀਓਜ਼ ਬਣਾ ਕੇ ਵੀਡੀਓ ਨੂੰ ਵਾਇਰਲ ਕਰ ਰਹੇ ਨੇ। ਜੇ ਗੱਲ ਕਰਾਂ ਜੋਕਰ ਦੀ ਤਾਂ ਡਾਰਕ ਨਾਈਟ ਫਿਲਮ ਵਿੱਚ ਮਸ਼ਹੂਰ ਜੋਕਰ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਦੇ ਪ੍ਰੀਮੀਅਰ ਦੇ ਦੌਰਾਨ ਲੋਕਾਂ ਨੇ 1-2-3 ਮਿੰਟ ਦਾ ਨਹੀਂ ਬਲਕਿ 8 ਮਿੰਟ ਦਾ ਸਟੈਂਡਿੰਗ ਓਵੇਸ਼ਨ ਵੀ ਦਿੱਤਾ। ਅੱਜ ਕੱਲ੍ਹ ਦੇ ਯੰਗਸਟਰ ਜੋਕਰ ਫੇਸ ਨਾਲ ਹਰ ਕੋਈ ਆਪਣੀ ਵੱਖਰੀ ਸੋਚ ਨੂੰ ਲੈ ਕੇ ਆ ਰਿਹਾ ਹੈ।